तो भाई सारे ने फुट कुट चिट भूडियां कड़तिया केड़ा पिंडा भाई ये गुजरा भाई तेरा केड़ा पिंडा भाई पता यार बचोला मैं तो हमचड़ी तो ब्याह तू आया अच्छा हाय हो गया फिर कार्ज पूरा कार्ज केड़ा पूरा होया पता जे मैं ना भज के आंदा सारे ने मेनू पूरा कर देना थी क्यों की गल सांप नहीं पाई चाप छड मेरे तो साले ने मुक्किया ला ला लीर पाते आते ए ए की हो गया ओए ओ कानू पूछदा यार की हो गया हाय ओए मारता दस भाई की गल होगी सुनना है हां सुन फिर सुना ਸੰਗਰੂਰ ਵਾਲੇ ਬਾਬੇ ਨੇ ਕਿਹਾ ਸੀ ਕਹਿੰਦਾ ਉੱਥੇ ਜਿੰਦਾ ਤੇਰੇ ਤੇਰੇ ਭਾਅ ਖੁੱਲ ਜਾਣਗੇ ਦੇਖਦੇ ਹਾਂ ਹੇ ਬਾਬਾ ਸੰਗਰੂਰ ਵਾਲਿਆ ਪੁਲਾਂ ਥੱਲੇ ਰਹਿੰਦੇ ਆ ਬਾਬਾ ਤੜਕੇ ਕੋਈ ਜਿੰਦਾ ਖੋਲ ਦੇ ਮੇਰੇ ਭਾਅ ਖੁੱਲ ਜਾਣਗੇ ਦੇਖੀ ਬਾਬਾ 15 ਰੁਪਈਆਂ ਦਾ ਆਇਆ ਆਪਾਂ ਵਾਧਾ ਘਾਟਾ ਵਿਆਹ ਤੋਂ ਵੱਧ ਕਰ ਲਾਂਗੇ ਬਾਬਾ ਹੁਣ ਕਸਰ ਨਾ ਰਹਿ ਜੇ ਕੋਈ ਓਏ ਆਹ ਪਤਾ ਨਹੀਂ ਕਿਹੜਾ ਟੂਣਾ ਕਰ ਗਿਆ ਯਾਰ ਮੇਰੇ ਸਾਲੇ ਦਾ ਕਿਹਨੇ ਕਰਿਆ ਇਹ ਕੰਮ ਕਿਹਦਾ ਹੋ ਸਕਦਾ ਹੈ ਕਿਹੜਾ ਕਰ ਗਿਆ ਇਹ ਕੀ ਹੋ ਗਿਆ ਚਾਚਾ ਉਹ ਆਹ ਦੇਖ ਲੈ ਟੂਣਾ ਕਰਿਆ ਪਿਆ ਅੱਛਾ ਯਾਰ ਹੋਰ ਟੂਣਾ ਕਰਿਆ ਪਿਆ ਨਾਲੇ ਗਹਾਰਾ ਫੂਕਤਾ ਚਾਚਾ ਨੂੰ ਯਾਰ ਖੋਲ ਕੇ ਤਾਂ ਦੇਖੋ ਕੀ ਪਤਾ ਚੋਂ ਕੀ ਨਿਕਲੂ ਦੇਖੋ ਇਹ ਚੋਂ ਗਾਂ ਵਾਲਾ ਦੀਨ ਦਾ ਜਿੰਨ ਨਿਕਲਣਾ ਹੈ ਦੇਖ ਲੈ ਚਾਚਾ ਖੋਲ ਕੇ ਕੀ ਪਤਾ ਹੁੰਦਾ ਯਾਰ ਖਬਰਾਂ ਕੀ ਹੈ ਇਹ ਅੱਛਾ ਖੋਲ ਕੇ ਦੇਖ ਇਹਨੂੰ ਖੋਲ ਲਾ ਕੁਛ ਨਹੀਂ ਹੁੰਦਾ ਚਾਚਾ ਦੇਖ ਦੇ ਖੋਲ ਕੇ ਵਾਲਾ ਦੀਨ ਦਾ ਜਿੰਨ ਨਿਕਲਣਾ ਲੈ ਬਈ ਕਾਲਿਆ ਪਹਿਲਾਂ ਤਾਂ ਭਾਗਾਂ ਨੂੰ ਇਕੱਲਾ ਜਿੰਦੀ ਲੱਗਿਆ ਹੋਇਆ ਸੀ ਹੁਣ ਤਾਂ ਭਾਗ ਵਾਲੇ ਜਿੰਦੇ ਨੂੰ ਨਾ ਜਰ ਵੀ ਲੱਗਣੀ ਸਟਾਰਟ ਹੋ ਗਈ ਇਸ ਸਾਲੇ ਦਾ ਜਵਾਕ ਜਿਹਾ ਪਤਾ ਨਹੀਂ ਕਿੱਧਰ ਲੰਘ ਗਿਆ ਆਲੇ ਖਾ ਕੇ ਰੋਟੀਆਂ ਤੜਕੀ ਲੰਘ ਜਾਣਗੇ ਭਾਂਡੇ ਮੈਨੂੰ ਮਾਂਜਣੇ ਪੈਂਦੇ ਨੇ ਸਾਰੇ ਹਾਲੇ ਡੰਗਰਾਂ ਨੂੰ ਕੱਖ ਪਾਉਣੇ ਨੇ ਕਿੱਥੇ ਨਿਕਲਿਆ ਸੀ ਓਏ ਉਹ ਕੁਛ ਨਹੀਂ ਯਾਰ ਬਾਪੂ ਤਾਂ ਸੜਕ 'ਤੇ ਰੌਲਾ ਜਿਹਾ ਪੈ ਰਿਹਾ ਸੀ ਯਾਰ ਕਾਹਦਾ ਰੌਲਾ ਉਹ ਯਾਰ ਕੋਈ ਨਾਈਆਂ ਦਾ ਗਹਾਰਾ ਮਚਾ ਗਿਆ ਮੋਮਬੱਤੀ ਨਾਲ ਹੈ ਨਾ ਮੋਮਬੱਤੀ ਉੱਥੇ ਕੀ ਕਰਦੀ ਸੀ ਉਹ ਯਾਰ ਅਗਲਾ ਟੂਣਾ ਕਰਦਾ ਸੀ ਹੋਰ ਕੀ ਉੱਥੇ ਘਰੂੰਡੀ ਲਾਈ ਬੈਠਿਆ ਸੀ ਹੈ ਦੇਖ ਮੇਰੇ ਸਾਲੇ ਕੈਸੇ ਲੋਕ ਨੇ ਉਹ ਗਰੀਬ ਦੱਸ ਕਿਸੇ ਨੂੰ ਕੀ ਕਹਿੰਦਾ ਸੀ ਉਹਦਾ ਗਹਾਰਾ ਫੂਕਤਾ ਲੈ ਯਾਰ ਬਾਪੂ ਤੂੰ ਕਿਉਂ ਲੋਕਾਂ ਨੂੰ ਗਾਲਾਂ ਕੱਢੀ ਜਾਂਦਾ ਖਬਰ ਅਗਲੇ ਦੇ ਕਹੀ ਜੀ ਭੀੜ ਪਈ ਹੋਊਗੀ ਤੂੰ ਐਵੀਂ ਬਾਰ ਚ ਬੂਝਾ ਤੜਾਈ ਜਾਂਦਾ ਗਾਲਾਂ ਨਾ ਕੱਢਾਂ ਹੋਰ ਸਾਲਿਆਂ ਦੇ ਸਿਰੋਫੇ ਮਾਮਾ ਕੰਮ ਮੇਰੇ ਸਾਲ ਦਾ ਹੁਣ ਆ ਕੇ ਮੰਜੇ 'ਤੇ ਬਹਿ ਗਿਆ ਨਹੀਂ ਕੋਈ ਕੰਮ ਕਰ ਲਾਂ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਨੇ ਆ ਭਾਂਡੇ ਵੀ ਮੈਂ ਮਾਂਜ ਰਿਹਾ ਨਾ ਸਾਲੇ ਦਾ ਵਿਆਹ ਹੁੰਦਾ ਵੀ ਕੋਈ ਸੌਖੇ ਹੋ ਜੇ ਪਤਾ ਨਹੀਂ ਕਹੇ ਜੇ ਭਾਗ ਲੈ ਕੇ ਜੰਮਿਆ ਭਾਗ ਕੀ ਭੈਣੇ ਭਾਗ ਤਾਂ ਬਤੋਬੇ 'ਚ ਪਏ ਨੇ ਉੱਠ ਖੜ ਹੁਣ ਇੱਥੇ ਬੈਠਾ ਬੁੜ ਬੁੜ ਕਰੀ ਜਾਂਦਾ ਆ ਤੇਰੀ ਮਾਂ ਨੂੰ ਕੱਖ ਪਾ ਦੇ ਉਹੀ ਨਾ ਯਾਰ ਤਾਂ ਪਿਆ ਰਿਹਾ ਕਰ ਸਾਰਾ ਦਿਨ ਨਾ ਤਪਾ ਨਾ ਮੇਰੇ ਸਾਲੇ ਹੋਰ ਕੀ ਕਰਦਾ ਅਲਾ ਕੰਮ ਦਾ ਨਹੀਂ ਘਰ ਦਾ ਨਹੀਂ ਤੜਕੀ ਨਿਕਲ ਜੂ ਪਾ ਦੇ ਕੱਖ ਕਿਹੜਾ ਦਿੰਦੀ ਇਹਨੇ ਨਿਕੜੂ ਭਾਂ ਦੀ ਕੱਟੇ ਵਾਲਿਆਂ ਨੂੰ ਵੇਚ ਦੇ ਇਹਨਾਂ ਨੂੰ ਯੇ ਆ ਤੈਨੂੰ ਨਾ ਵੇਚ ਦੇ ਕੱਟੇ ਵਾਲਿਆਂ ਨੂੰ ਹਲੇ ਚਾਰ ਪੈਸੇ ਵਧੀਆ ਵੱਢ ਜਾਣਗੇ ਉਹ
ਟੋਕਰਾ ਕਿੱਥੇ ਆ ਯਾਰ थोड़ी जी तूड़ी पा दें बिच हरा हर ठीक हो कक्क पा के झाड़ू झूड़ू मार दी खेत जाके आना मैं चंगा आप जमीन ढक्का तोड़दा मरी बड़ा यार वो सच गया जसमिंदर भले ने माड़ी ला दा मजा ना स्वाद बार ला ली वे कुत्ते काते आ जाने अंदर रहा ध्यान भी नहीं रहा जे जंदा खोल दिंदा ना नजारी आ जांदा क्यों नहीं खोलिया जंदा उन्हें ਭੈਣ ਦਾ ਦੱਸ ਕੀ ਜਾਨ ਨਿਕਲ ਦਿੱਤੀ ਉਹਦੀ ਜੇ ਘੁਮਾ ਦਿੰਦਾ ਚਾਬੀ ਸਾਲਾ ਕਰਮਾਂ ਤੋਂ ਬਿਨਾਂ ਕਾਹਨੂੰ ਬਣਦੀਆਂ ਨੇ ਇਹੀਆਂ ਗੱਲਾਂ ਯਾਰ ਹਾਏ ਉਹ ਮੇਰਾ ਨਹੀਂ ਹੁੰਦਾ ਵਿਆਹ ਯਾਰ ਮੈਂ ਤਾਂ ਜਿੰਦਾ ਵੀ ਕਾਲਾ ਤੇਲ ਲਾ ਕੇ ਸਿੱਟਿਆ ਸੀ ਵੀ ਸੇਦੀ ਖੁੱਲ ਜੇ ਜੇ ਚਾਬੀ ਘੁਮਾ ਦਿੰਦਾ ਮਾੜੀ ਜੀ ਜਾਨ ਨਿਕਲਦੀ ਤੀ ਉਹਦੀ ਮੇਰਾ ਤਾਂ ਜੱਗ ਵੀ ਬੈਰੀ ਆ ਯਾਰ ਮੈਂ ਤਾਂ ਲੱਗਦਾ ਸੜੀ ਮਰੂ ਓਏ ਕਾਹਨੂੰ ਮਰਨ ਦਿੰਦੇ ਆ ਤੈਨੂੰ ਛੜਾ ਮਿਲਿਆ ਤੋ ਹੈ ਬਈ ਬਈ ਯਾਰ ਤੂੰ ਹੀ ਕਰਾ ਦੇ ਰਿਸ਼ਤਾ ਤੁਹਾਡੇ ਤਾਂ ਗਮੰਡਣਾਂ ਜਿਹੀਆਂ ਕਰਨੀਆਂ ਨੇ ਨਾਲੇ ਜਿਹੜੀ ਛੁੱਟੀਆਂ ਜੀ ਚਾਉਂਦੀ ਹੁੰਦੀ ਉਹਦੇ ਨਾਲ ਹੀ ਕਰਾ ਦੇ ਯਾਰ ਕਾਲੇ ਅੱਜ ਤੜਕੇ ਸੜਕ ਤੇ ਕੀ ਹੋਦਾ ਸੀਗਾ ਉਹ ਪਤਾ ਨਹੀਂ ਓਏ ਉਰੇ ਉਹਦੀ ਸੜਕ ਤੇ ਅੱਛਾ ਸੱਚ 500 ਤੈਨੂੰ ਰਿਸ਼ਤੇ ਵਾਲੇ ਦੇਖਣਾ ਆਏ ਸੀਗੇ ਕੀ ਬਣਿਆ ਉਹ ਯਾਰ ਬਣਨਾ ਕੀ ਆ ਯਾਰ ਸੋਨੂ ਮੋਨੂ ਖਾ ਕੇ ਭੱਗ ਗਿਆ ਅਗਲੇ ਮੇਰਾ ਨਹੀਂ ਹੁੰਦਾ ਇਹ ਤਾਂ ਹੀ ਆਈ ਜਾਣਗੇ ਹੀ ਜਾਈ ਜਾਣਗੇ ਓਏ ਹੋਏ 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 ਤੁਸੀਂ ਸਾਰੇ ਉਹੀ ਬਾਹਰ ਧੱਕੇ ਖਾਈ ਜਾਂਦੇ ਹੋ ਕੀ ਹੋ ਗਿਆ ਰਿਸ਼ਤੇ ਤਾਂ ਤੁਹਾਡੇ ਮੰਜੇ ਤੇ ਦੌੜਦੇ ਫਿਰਦੇ ਨੇ ਕਿੱਥੇ ਓਏ ਆ ਦੇਖ ਕਿਆ ਜ਼ਬਰਦਸਤ ਰਿਸ਼ਤਾ ਬਾਬੇ ਆ ਦੇਖ ਲਿਖਿਆ ਹੋਇਆ ਇੱਕ 5 ਫੁੱਟ ਹਾਈਟ ਉੱਤੋਂ ਜੀਨ ਪਾਈ ਟਾਈਟ ਹੋਏ ਇੱਕ ਵਾਰ ਦਾ ਟਾਈਟ ਦੂਜਾ ਤਾਂ ਗਿਆ ਉਹਦਾ ਹਾਈਟ ਹੋਏ ਉਹ ਦਰਸ਼ਨ ਲੱਖਿਆਲ ਦਾ ਗਾਣਾ ਯਾਰ ਓਏ ਗਾਣਾ ਗੁਣਾ ਕੋਈ ਨਹੀਂ ਹੈਗਾ ਸਾਲੇ ਬਹਿ ਦੀ ਐਡ ਦਿੱਤੀ ਹੋਈ ਹੈਗੀ ਦਰਸ਼ਨ ਸਿੰਘ ਰਜਵਾੜੇ ਤੋਂ ਹੈ ਆਦੇ ਸਾਲੇ ਨੰਬਰ ਦਿੱਤਾ ਹੋਇਆ ਲਾ ਨਾ ਬਈ ਲਾ ਫਿਰ ਮਾਰ ਕਾਂਟੀ ਖੜ ਜਾ ਇਹਦੀ ਕਪੜਾ ਹੋਣ ਮਾ ਕੀ ਹੋ ਗਿਆ ਹੁਣ ਯਾਰ ਕੁੜੀ ਹੱਕ ਲਾਉਂਦੀ ਆ ਚੱਲ ਜੂਗੀ ਚਲ ਚੱਲ ਜੂ ਮੈਂ ਕਿਹੜਾ ਜਾਣ ਗਣ ਮਨ ਕਰਾਉਣੀ ਆ ਤੋ ਯਾਰ ਕੋਈ ਦਵਾਈ ਦਵੂਈ ਦਵਾ ਕੇ ਦੇਖ ਲਾਂਗੇ ਯਾਰ ਚੱਲ ਜੂ ਬਈ ਬਣ ਕੇ ਪਿੰਡ ਵਾਲੇ ਵੇਚ ਤੋਂ ਦਵਾ ਦਾਂਗੇ ਬਈ ਲਾਂਗੇ ਇੱਕ ਮਿੰਟ ਖੜ ਜਾ ਇਹ 98 700 ਆਹ ਕੀ ਹੈਗਾ ਚੌਂਕਾ ਘਾਟ ਹੈ ਉਹ ਸਾਲਿਆਂ ਨਾ ਆਗਾ ਨਾ ਹੋਏ ਅੱਛੇ ਨਾ ਆ ਹਾਂ ਜੀ ਹਾਏ ਯਾਰ ਇਹ ਹੋ ਵੀ ਯਾਰ ਮੇਰੀ ਖਾਤਰ ਕਰਮਾ ਚ ਸਾਲਾ ਕੁੜੀ ਇਹ ਹੁਣ ਵੀ ਨਾ ਹੋ ਜੂ ਇਹਦਾ ਨੈਟਵਰਕ ਬਿਜੀ ਆ ਖੜ ਜਾ ਯਾਰ ਇੱਥੇ ਤਾਂ ਰੇਂਜ ਦੀ ਪ੍ਰੋਬਲਮ ਹੈ ਇਹਨੂੰ ਪਿੰਜਰੇ ਲੱਗ ਗਿਆ ਲੱਗ ਗਿਆ ਮੈਂ ਨਾ ਉੜਨਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਜੀ ਦਰਸ਼ਨ ਸਿੰਘ ਗਿੱਲ ਬੋਲਦੇ ਹੋ ਜੀ ਪਸੌੜ ਤੋਂ ਜੀ ਹਨਾ ਰਜਵਾੜੇ ਤੋਂ ਰਜਵਾੜੇ ਤੋਂ ਜੀ ਸਰ ਜੀ ਇੱਕ ਜੀ ਆਪਣਾ 5 ਫੁੱਟ ਹਾਈਟ ਜੀ ਕੁੜੀ ਹਕਲਾਉਂਦੀ ਹੈ ਜੀ ਰਿਸ਼ਤਾ ਦੀ ਜੀ ਉਹਦਾ ਰਿਸ਼ਤਾ ਜੀ 5 ਫੁੱਟ ਹਾਈਟ ਕੁੜੀ ਹਕਲਾਉਂਦੀ ਹੈ ਜੀ ਕਵਾਰ ਚੜਦੀ ਜੀ ਵਿਆਹ ਦੀ ਸਰ ਜੀ ਕਖਬਾਰ ਚ ਦਿੱਤੀ ਦੀ ਜੀ 5 ਫੁੱਟ ਹਾਈਟ ਉੱਤੋਂ ਵਿਆਹ ਦੀ ਜੀ ਅਖਬਾਰ ਤਾਂ ਦੇਖ ਲਾ 6 ਮਹੀਨੇ ਪੁਰਾਣਾ ਹੈਗਾ ਅਗਲੇ ਤੋਂ ਬੇਇੱਜ਼ਤੀ ਕਰਾ ਕੇ ਧਰਤੀ ਸਾਲਾ ਮੇਰੇ ਕਰਮਾਂ 'ਚ ਤਾਂ ਡਿਫੈਕਟਡ ਪੀਸ ਵੀ ਨਹੀਂ ਹੈਗੇ ਯਾਰ ਮੈਂ ਨਹੀਂ ਯਾਰ ਮੇਰਾ ਨਹੀਂ ਹੁੰਦਾ ਵਿਆਹ ਕੋਈ ਯਾਰ ਸਾਲਾ ਮੈਂ ਅੱਖ ਜੈਸਮੀਨ ਸੈਂਡਲਸ 'ਤੇ ਧਰ ਰੱਖੀ ਹੈਗੀ ਸਾਲਾ ਵਿਆਹ ਦੇਖ ਲਾ ਹਕਲਾਏ ਹੋਈ ਕੁੜੀ ਵੀ ਜਵਾਬ ਦੇ ਗਈ ਯਾਰ ਮੈਨੂੰ ਤਾਂ ਉਸ ਦਿਨ ਕੀ ਹੋਊ ਦਿਨ ਤਾਂ ਯਾਰ ਵੀਰਵਾਰ ਅੱਜ ਬਣ ਗਈ ਗੱਲ ਹੋਏ ਐਂ ਕਰ ਸੁਨਾਮ ਜਾ ਸੁਨਾਮ ਉੱਥੇ ਇੱਕ ਵੀਰਵਾਰ ਨੂੰ ਮੈਰਿਜ ਵੀ ਉਹਦਾ ਖੁੱਲ੍ਹਾ ਹੁੰਦਾ ਉੱਥੇ ਜਾ ਕੇ ਫਾਈਲ ਲਾ ਦੇ ਸਾਲਿਆ ਕੰਮ ਬਣ ਜੂ ਤੇਰਾ
ਸਾਲਾ ਵੀਰਵਾਰ ਨੂੰ ਰੋਟ ਲੱਗਦੇ ਤਾਂ ਸੁਣੇ ਨਾ, ਫੈਲਾਂ ਪਹਿਲੀ ਵਾਰ ਲੱਗਦੀਆਂ ਨੇਗੀਆਂ। ਉਹ ਪਕਾਈ ਨਾ, ਮਰ ਜਾ ਕੇ ਤਿਆਰ ਹੋ ਜਾ, ਬੱਸ ਦਾ ਵੀ ਟਾਈਮ ਹੋਣਾ। ਚੱਲ ਮੈਂ ਵੀ ਜਾਣਾ ਯਾਰ। ਚੰਗਾ, ਉਹ ਜੇ ਕੰਮ ਬਣ ਗਿਆ ਸਾਲਾ ਲੱਡੂ ਖਵਾ ਦੀ। ਕੋਈ ਨਾ, ਮੈਂ ਤੈਨੂੰ ਸਟਿੰਗਾਂ ਪਤੀਸਾ ਸਾਰਾ ਕੁਛ ਖਵਾ ਦੂੰਗਾ। ਲੈ ਵੀ ਅੱਜ ਚੱਲੀਏ ਮੈਰਿਜ ਬਿਊਰੋ ਸੁਣਾਵਾਂ। ਹੇ ਬਾਬਾ ਸੰਗਰੂਰ ਵਾਲਿਆ, ਵੱਡੇ ਪੁਲ ਵਾਲਿਆ, ਹੁਣ ਤਾਂ ਕਰਦੀ ਮੇਰਾ। ਚੱਲ ਪਹਿਲਾਂ ਤਾਂ ਗਹਾਰਾ ਜਿਹਾ ਮੱਚ ਗਿਆ ਸੀਗਾ ਬਾਬਾ, ਹੁਣ ਨਾ ਕੁਛ ਹੋ, ਹੁਣ ਤਾਂ ਸਰੀਕਾਂ ਦੇ ਕਾਲਜ ਹੀ ਮਚਾਉਣੇ ਨੇ। ਹੇ ਸੱਚਿਆ ਪਾਤਸ਼ਾਹ, ਹੁਣ ਤਾਂ ਬਣ ਜੇ ਕੰਮ। ਇਹ ਮੈਰਿਜ ਬਿਊਰੋ ਯਾਰ ਹੋਊ ਕਿੱਥੇ? ਚੱਲ ਪੁੱਛ ਲਾਂਗੇ ਕਿਸੇ ਨੂੰ ਫੋਨ 'ਤੇ। ਉਹ ਤੁਸੀਂ ਮੇਰੇ ਹੁੰਦੇ ਟੈਨਸ਼ਨ ਕਿਉਂ ਲੈਂਦੇ ਹੋ? ਹੈਂ, ਕੁੜੀ ਤਾਂ ਤੁਸੀਂ ਐਂ ਲਾ ਲਓ, ਸੋਨਮ ਬਾਜਵਾ ਦਾ ਦੂਜਾ ਰੂਪ ਹੈ, ਉਹਨੂੰ ਕੱਢ ਲੈ, ਉਹਨੂੰ ਲੁਕੋੜਾ, ਜਮਾਂ ਪਤਾ ਨਹੀਂ ਲੱਗਦਾ। ਹੈਂ, ਨਾਲੇ ਮੇਰੀ ਗੱਲ ਸੁਣੋ, ਤੁਹਾਨੂੰ ਕੀ ਲੱਗਦਾ ਵੀ ਦਲਜੀਤ ਵਾਲਾ ਕੋਕਾ ਕੋਲਾ ਅਤੇ ਇੱਧਰ ਜ਼ਖਮੀ ਵਿਚੋਲਾ ਕੋਈ ਆਮ ਸ਼ਹਿ ਨੇ? ਚੱਲ ਠੀਕ ਹੈ ਫਿਰ, ਮਾਰਦਾ ਤੜਕੇ ਮੈਂ ਗੇੜਾ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਿਚੋਲੇ ਹੋ ਜੀ ਤੁਸੀਂ? ਨਹੀਂ, ਖੁਰੀਆਂ ਲਾਉਣਾ ਮੈਂ ਤਾਂ। ਅੱਛਾ ਜੀ। ਉਹ ਭਰਾਵਾ ਵਿਚੋਲੀਆਂ ਮੈਂ ਜੀ, ਮੈਂ ਵੀ ਜੀ ਵਿਆਹ ਕਰਵਾਉਣਾ ਚਾਹੁੰਦਾ ਜੀ। ਅੱਛਾ, ਹਾਂਜੀ, ਬਹੁਤ ਵਧੀਆ ਗੱਲ ਆ, ਕਾਕੇ ਕਰਾਓ, ਜੇ ਤੁਹਾਡੀ ਵਿਆਹ ਦੀ ਸੋਚ ਹੈ ਨਾ, ਕਰਾਓ ਕਰਾਓ, ਸਾਰੀ ਦੁਨੀਆ ਕਰਾਉਂਦੀ ਆ ਵਿਆਹ ਤਾਂ, ਤੁਸੀਂ ਵੀ ਕਰਾ ਲਓ, ਕੋਈ ਚੱਕਰ ਵਾਲੀ ਗੱਲ ਨਹੀਂ। ਇਹ ਤਾਂ ਬਸ ਨਰਿੰਦਰ ਮੋਦੀ ਹੋਤੀ ਜਿਹਦੀ ਅਕਲ ਨੂੰ ਮੁੱਢਾ ਭਾਂਡਾ ਵੱਜ ਗਿਆ, ਵਿਆਹ ਨਹੀਂ ਕਰਾਇਆ। ਬਹੁਤ ਵਧੀਆ ਸੋਚ ਆ ਤੇਰੀ, ਕਰਾ ਕਰਾ। ਫਿਰ ਜੀ ਮੇਰੇ ਲਈ ਵੀ ਲੱਭੋ ਕੋਈ ਕੰਨੇ ਆ, ਮੇਰਾ ਤਾਂ ਰਿਸ਼ਤੇ ਹੀ ਨਹੀਂ ਹੁੰਦਾ ਜੀ, ਬਹੁਤ ਮੇਰਾ ਹੱਥ ਬੱਲੇ ਮਾਰ ਲਏ ਜੀ। ਕਿਹੜਾ ਪਿੰਡ ਤੇਰਾ? ਮੇਰਾ ਪਿੰਡ ਤਾਂ ਜੀ ਅਕਾਸੀ ਵਾਲਾ ਜੀ। ਆਲਵੇ ਵਾਲਾ? ਹਾਂਜੀ। ਅੱਛਾ, ਚੱਲ ਮੈਂ ਪਰਸੋਂ ਨੂੰ ਮਾਰੂੰਗਾ ਗੇੜਾ ਤੁਹਾਡੇ ਪਿੰਡ, ਤੁਹਾਡੇ ਘਰ ਵੀ ਆ ਕੇ ਜਾਊਂਗਾ। ਠੀਕ ਹੈ ਜੀ। ਹਾਂ, ਅਤੇ ਤੁਹਾਡਾ ਨੰਬਰ ਦੇ ਦਿਓ ਜੀ ਮੈਨੂੰ। ਨੰਬਰ ਇੱਕ ਮਿੰਟ, ਹਾਂ ਲਿਖ ਲੈ, ਕੱਢਣਾ ਜਾਂ ਤਾਂ ਨਹੀਂ ਮੈਨੂੰ ਆਉਂਦਾ, ਲਿਖ ਲੈ। 98 8। ਠੀਕ ਹੈ ਜੀ। ਹਾਂ, ਅਤੇ ਨਾਮ ਕੀ ਜੀ ਤੁਹਾਡਾ? ਨਾਮ ਮੇਰਾ ਹੈਗਾ ਜ਼ਖਮੀ ਵਿਚੋਲਾ। ਠੀਕ ਹੈ ਜੀ। ਪਿੰਡਰ ਟੋਲਾ? ਪਿੰਡਰ ਟੋਲਾ ਜੀ। ਠੀਕ ਹੈ ਜੀ। ਤੁਹਾਡੇ ਗੱਗੀ ਦਾ ਹੋ ਗਿਆ ਆਪਣਾ ਰਿਸ਼ਤਾ? ਜਾ ਬਣਿਆ ਨੀ? ਨੰਬਰ ਦੇ ਯਾਰ ਮੈਨੂੰ ਉਹਦਾ। ਹਾਂ ਦੇ ਮਾੜਾ ਜਿਹਾ। ਬਾਬਾ ਜੀ, ਆਪਣੇ ਚਾਰਜਿੰਗ ਪੁਆਇੰਟ ਹੈਗਾ ਆਪਣਾ? ਬਾਪੂ, ਤੂੰ ਤਾਂ ਕਹਿੰਦਾ ਸੀ ਵਿਚੋਲਾ, ਇਹ ਤਾਂ ਆਧਾਰ ਕਾਰਡ ਬਣਾਉਣ ਵਾਲਾ। ਉਹ ਵਿਚੋਲੇ ਆ ਬਾਪੂ ਇਹ। ਜ਼ਖਮੀ ਜੀ ਤੁਸੀਂ ਪਾਣੀ ਪੀਓ ਜੀ, ਲਓ। ਰਹਿਣ ਦਿਓ ਜੀ, ਕੋਈ ਗੱਲ ਨਹੀਂ, ਚਾਰਜਰ ਹੀ ਆ। ਕਹੇ ਆ ਵਿਚੋਲਾ, ਇਹ ਤਾਂ ਪੀਪਾ ਜਿਹਾ ਚੱਕੀ ਫਿਰਦਾ। ਉਹ ਬਾਪੂ ਏ ਸੀ ਜੀ ਕੁੜੀਆਂ ਨੇ ਗੀਆਂ, ਲੈ ਦਿੰਦਾ ਸੱਚ ਮਾਰ ਕੇ ਦੱਸਦਾ। ਲੈ ਪਾਣੀ। ਤੈਨੂੰ ਕੀ ਹੋਇਆ ਬਾਪੂ ਪਾਣੀ ਨੂੰ? ਹਾਂ ਬਾਬਾ ਜੀ, ਕਹੇ ਰਿਸ਼ਤਾ ਚਾਹੀਦਾ ਤੁਹਾਡੇ ਮੁੰਡੇ ਖਾਤਰ ਤੁਹਾਨੂੰ? ਦੇਖ ਭਾਈ। ਹਾਂਜੀ। ਮੇਰਾ ਪੁੱਤ ਹੈ ਸੋਹਣਾ ਸੁਣਖਾ, ਚੰਨ ਦਾ ਟੁਕੜਾ ਮੇਰਾ ਪੁੱਤ। ਉਹਦਾ ਦੇਖੀਏ ਕਿੰਨਾ ਕੁ ਚੰਨ ਹੈ ਤੁਹਾਡਾ। ਦੇਖ ਭਾਈ, ਇੱਕ ਨੰਬਰ ਮੇਰੀ ਨੂੰ ਹੋਵੇ ਲੰਬੀ ਲੂੰਜੀ। ਹੈ ਲੰਬੀ ਲੂੰਜੀ? ਹਾਂ, ਇੱਕ ਮਿੰਟ ਲਿਖ ਲਾ ਭਾਈ, ਆ ਕਿਤੇ ਭੁੱਲ ਜੇ ਫਿਰ। ਹੋਰ ਲੰਬੀ ਲੂੰਜੀ? ਹਾਂ, ਤੇ ਭਾਈ ਦੋ ਨੰਬਰ ਸੋਹਣੀ ਸੁਣੱਖੀ ਹੋਵੇ ਮੇਰੀ ਨੂੰ। ਸੋਹਣੀ ਸੁਣੱਖੀ? ਹਾਂ ਸੋਹਣੀ ਸੁਣੱਖੀ ਸੁਣੱਖੀ। ਤੇ ਭਾਈ ਤਿੰਨ ਨੰਬਰ ਬੋਲ ਬਾਣੀ ਦੀ ਹੋਵੇ ਜਮਾ ਮਿੱਠੀ। ਲਿਖ ਲਾ ਪੁੱਤ, ਲਿਖ ਲਾਂਗੇ ਕੋਈ। ਹਾਂ, ਤੇ ਚਾਰ ਨੰਬਰ ਸਭ ਤੋਂ ਜ਼ਰੂਰੀ ਆ ਪੁੱਤ, ਅੱਖਾਂ ਦੀ ਬਿੱਲੀ ਹੋਣੀ ਚਾਹੀਦੀ ਆ ਮੇਰੀ ਨੂੰ। ਹਾਂ ਨਾ ਬਾਬਾ ਜੀ, ਮਾਫ ਕਰਿਓ, ਤੁਸੀਂ ਅੱਖਾਂ ਦੇ ਬਿੱਲੇ ਹੋ, ਆ ਤੁਹਾਡੀ ਅੱਖ 'ਚ ਤਾਂ ਗੱਡਾ ਆ ਰਹੀ ਹੈ, ਕੁੜੀ ਚਾਹੀਦੀ ਤੁਹਾਨੂੰ ਹਿਮਾਸ਼ੀ ਖਰਾਣਾ ਵਰਗੀ। ਉਹ ਬਾਈ, ਬਾਪੂ ਦਾ ਤਾਂ ਬਲੱਡ ਵੱਧਦਾ ਯਾਰ, ਤੂੰ ਐਂ ਕਰ, ਜਿਹੜੀਆਂ ਬਿੱਲੀਆਂ ਅੱਖਾਂ ਨੇ ਉਹਦੀ ਥਾਂ 'ਤੇ ਕਾਲੀਆਂ ਕਰ, ਪਰ ਕਰ ਲੈ ਬਾਈ ਯਾਰ। ਉਹ ਮੈਂ ਤੁਹਾਨੂੰ ਆਪੇ ਕੋਈ ਸਸਤੀ ਜਿਹੀ ਟਿਕਾਓ ਜੀ ਕੁੜੀ ਦਿਖਾ ਦਿੰਦਾ, ਲੋ ਬਜਟ 'ਚ ਵਾਲੀ। ਚੱਲੂ ਆ, ਭੱਜੂ ਭੱਜੂ ਭੱਜੂ, ਮਾੜੀ ਜਿਹੀ ਠੀਕ ਹੋਵੇ। ਅਤੇ ਜ਼ਮੀਨ ਜਾਇਦਾਦ ਕੀ ਆਪਣੇ? ਜ਼ਮੀਨ ਜਾਇਦਾਦ ਤਾਂ ਬਾਈ ਆਪਣੇ ਖੁੱਡ ਨਹੀਂ ਹੈਗਾ ਯਾਰ। ਨੀਲਾਗੜ ਹੈਗਾ ਪੁੱਤ? ਹਾਂ ਉਹ ਹੈਗਾ, ਨੀਲਾਗੜ ਹੈ, ਨੀਲਾਗੜ ਹੈ। ਉਹ ਫਿਰ ਬਾਬੇ ਕੁੜੀ ਵੀ ਲੀਲੇ ਕਾਰਡ 'ਤੇ ਲਿਆਈ, ਮੈਨੂੰ ਤਾਂ ਇਹ ਨਹੀਂ ਸਮਝ ਆਉਣੀ ਤੁਸੀਂ ਰਿਸ਼ਤਾ ਲੈਣਾ ਕਿ ਮਿੱਟੀਆ ਤੇਲ। ਆ ਗੱਡੀ ਤੁਹਾਡੀ ਹੈ? ਉਹ ਸਾਡੀ ਗਾਣੂ ਆ ਪੁੱਤ, ਗਵਾਂਢੀਆਂ ਦੇ ਜਗ੍ਹਾ ਜੀ ਬਣ ਰਹੀ ਆ, ਉਹ ਖੜਾ ਗਏ ਤੇ ਉਰੇ, ਉਹਨਾਂ ਦੇ ਥਾਂ ਨਹੀਂ ਹੈਗੀ ਗੱਡੀ ਖੜਾਉਣ ਨੂੰ। ਉਹ ਤੁਹਾਡੇ ਆਪਦਾ ਵੀ ਕੁਛ ਹੈਗਾ ਕਿ ਨਹੀਂ? ਸਾਡੇ ਆਪਣੇ ਤਿੰਨ ਮੈਸਾਂ ਨੇ। ਅੱਛਾ, ਇੱਕ ਮਿੰਟ, ਮੈਸਾਂ ਤਾਂ ਤਿੰਨ ਨੇ, ਚੱਲ ਸ਼ੁਕਰ ਹੈ। ਇੱਕ ਫੰਡਰ ਹੈ ਹਾਂਜੀ, ਤੇ ਦੋ
ਪਿੱਛੇ ਕਟਰੂ ਗਿਰ ਗਿਆ ਸੀ। ਹਾਂਜੀ ਗਰਮੀ ਕਰਕੇ ਡਿੱਗ ਗਿਆ। ਤੇ ਪੁੱਤ ਕੈਟਲਸ ਕੰਪਨੀ ਦਾ ਸਾਈਕਲ ਵੀ ਆਪਣੇ। ਹਾਂਜੀ ਆ ਖੜਿਆ ਜੀ। ਚਲੋ ਮੈਂ ਚੱਲਦਾ ਜੀ, ਮੇਰੀ ਢਾਈ ਵਾਲੀ ਬਸ ਦਾ ਟਾਈਮ ਹੋ ਗਿਆ। ਉਹ ਪੁੱਤ ਬੈਠਦਾ ਸੀ, ਗੱਲ ਸੁਣ ਮੇਰੀ। ਕਰਦੇ ਪੁੱਤ ਕੁਛ ਬਾਈ ਬਣ ਕੇ ਮੈਨੂੰ ਬਿਆਲਾ ਕਰਦੇ, ਮੈਨੂੰ ਗੁਆਂਢੀ ਤਾਨੇ ਮਾਰਦੇ ਨੇ ਯਾਰ। ਐ ਨਾ ਕਰ ਬਾਈ ਬਣ ਕੇ, ਕੋਈ ਤਾਂ ਲੱਭ ਲੈ ਯਾਰ। ਉਹ ਕਿਵੇਂ ਕਰਦਾ ਯਾਰ, ਕੀ ਆ ਤੁਹਾਡੇ ਘਰੇ? ਬਾਈ ਹੈਗੇ ਤਾਂ ਹੈਗੇ ਨੇ, ਤਿੰਨ ਮੈਸਾਂ ਸਾਡੇ ਭੈਣ ਦੀ ਮੈਸੇ ਹੀ ਸਮਝ ਰਹੀਆਂ ਨੇ ਤੁਸੀਂ ਮਹਾਰਾਜ। ਭੂਪੇ ਵਾਲੀ ਪ੍ਰਾਪਰਟੀ ਮੈਸਾਂ ਮੂਸਾਂ ਦੇ ਤੈਨੂੰ ਕੋਈ ਸਾਕ ਨਹੀਂ ਹੁੰਦਾ। ਬਣਿਆ ਮੈਸਾਂ ਦਾ ਇੱਕ ਗੱਲ ਦੱਸ ਪੁੱਤ, ਕਿੰਨੇ ਕੁ ਸਾਕ ਕਰਾਏ ਨੇ? ਯਾਦ ਨਹੀਂ, ਦੁੱਧ ਵਾਲੀ ਡੈਰੀ 'ਤੇ ਲਿਖੇ ਹੋਏ ਨੇ। ਚੱਲ ਜਿੰਨੇ ਵੀ ਕਰਾਏ ਨੇ, ਸਾਂਪ ਕਹਿ ਤੋੜੀ ਦੀ ਪਹੁੰਚ ਤੈਨੂੰ। ਸਾਂਪ? ਹਾਂ ਸ਼ਾਂਪ ਤਾਂ ਮੈਨੂੰ ਤਿੰਨ ਤੋਲੇ ਦੀ ਪੈ ਜਾਂਦੀ। ਪੰਜ ਦੀ ਪਾਵਾਂਗੇ, ਪੰਜ ਦੀ। ਓਏ ਰਹਿਣ ਦਿਓ, ਓਏ ਨਾ ਫੜਾ ਮਾਰੋ। ਤੁਹਾਡੇ ਕੀ ਆ ਜਿਹੜੇ ਤੁਸੀਂ ਮੈਨੂੰ ਪੰਜ ਤੋਲੇ ਦੀ ਸ਼ਾਂਪ ਪਾ ਦੋਗੇ? ਮੈਸਾਂ ਵੇਚ ਦਾਂਗੇ ਬਾਪੂ ਆਪਾਂ, ਪਰ ਇੱਕ ਤਾਂ ਵੇਚ ਦਾਂਗੇ ਪੁੱਤ, ਵੇਚ ਦਾਂਗੇ। ਪੰਜ ਤੋਲੇ ਦੀ ਸ਼ਾਂਪ ਪਾਉਂ ਪੁੱਤ, ਜਵਾਨ ਹੈ ਜਵਾਨ, ਮੁੱਛਾਂ ਕਟਾ ਦੂ ਜੇ ਨਾ ਪਾਈ। ਪੱਕੀ ਗੱਲ ਹੈ? ਪੱਕੀ ਗੱਲ ਆ ਪੁੱਤ, ਤੂੰ ਸਾਕ ਕਰਾ ਦੇ ਪੁੱਤ। ਮੈਂ ਬਹੁਤ ਖਾਂਦਾ, ਰੋਟੀਆਂ ਪਕਾ ਪਕਾ ਹੱਥਾਂ ਤੇ ਸਾਲੇ ਪੈ ਗਏ ਪੁੱਤ। ਤੈਨੂੰ ਮੇਰੀ ਗੱਲ ਸੁਣੋ। ਹਾਂ ਬਾਈ। ਪੂਰੋ ਨਾ ਹੋਏ ਕਾ ਕੁੜੀਆ ਦੇਖ ਲਓ ਕਿਵੇਂ ਕੈਂਟਾ ਬਾਈ। ਪਿੱਖੀ ਪਿੱਖੀ ਦੀ ਹੈ, ਪਿੱਖੀ ਦੀ। ਥੋੜੇ ਬੈਕਵਰਡ ਜਾ ਮੜਾ ਜਾ, ਇੱਧਰ ਨੂੰ ਆਣਾ ਬਾਈ। ਉਹ ਠੀਕ ਹੈ, ਚੱਲ ਚੰਗਾ ਬਾਈ। ਦੇਖ ਠੀਕ ਹੈ ਜੀ, ਠੀਕ ਹੈ ਵੀਰੇ, ਸੌਰੀ। ਬਣਿਆ ਬੈਕਵਰਡ ਦਾ। ਮੇਰੀ ਗੱਲ ਸੁਣੋ। ਹਾਂ ਕੁੜੀ ਵਾਲੇ ਮੈਂ ਮਣਾ ਲੂੰ। ਹਾਂ ਕਿਵੇਂ ਨਾ ਕਿਵੇਂ ਚੁੰਗੀ ਲਾ ਕੇ। ਹਾਂ ਪਰ ਤੁਹਾਨੂੰ ਕੁੜੀ ਵਾਲੇ ਨੂੰ ਕੋਈ ਨਾ ਕੋਈ ਪ੍ਰੋਪਰਟੀ ਦਿਖਾਉਣੀ ਪਊਗੀ ਬਾਈ। ਸਾਡੇ ਤਾਂ ਇਹ ਨਹੀਂ ਕੁਛ, ਅਸੀਂ ਕੀ ਦਿਖਾਈਏ? ਤੁਸੀਂ ਇੱਕ ਤਾਂ ਝੂਮੇ ਤਾੜੀ ਦਾ ਸਟੈਪ ਦਿਖਾ ਦਿਓ, ਅਤੇ ਦੂਜਾ ਨਾਗਨ ਡਾਂਸ। ਉਹ ਸਾਲੇ ਦੱਸੀ ਦਾ ਜਾਣਾ ਤੈਨੂੰ ਮੈਂ ਵੀ ਪ੍ਰੋਪਰਟੀ ਦਿਖਾਉਣੀ ਪਊ, ਪ੍ਰੋਪਰਟੀ। ਆ ਜਿਹੜੀ ਇੱਕ ਅੱਧੀ ਗੱਡੀ ਖੜਾਈ ਹੈ ਨਾ ਗਵਾਂਢੀਆਂ ਦੀ, ਇੱਕ ਦੋ ਹੋਰ ਖੜਾ ਦਿਉ। ਕੁੜੀਆਂ ਨੂੰ ਲੱਗੂ ਵੀ ਤੁਹਾਡੀਆਂ ਗੱਡੀਆਂ ਨੇ। ਜੇ ਨਹੀਂ ਦਿਖਾ ਸਕਦੇ ਕੋਈ ਮੁਰਗੀ ਫਾਰਮ ਦਿਖਾ ਦਿਉ। ਬਾਪੂ ਜੈਲੀਕਾ ਦਿਖਾ ਦਾਂਗੇ। ਗੱਲ ਬਣ ਗਈ, ਲੈ ਦਿਖਾ ਦਾਂਗੇ। ਮੇਰੀ ਗੱਲ ਸੁਣੋ ਧਿਆਨ ਦੇ ਨਾਲ। ਕੁੜੀ ਵਾਲੇ ਆ ਰਹੇ ਨੇ ਤੁਹਾਨੂੰ ਪਰਸੋਂ ਨੂੰ ਦੇਖਣ, ਇਹਨੂੰ ਤੇਰੇ ਚੰਦ ਨੂੰ ਦੇਖਣ ਆ ਰਹੇ ਨੇ। ਅਤੇ ਕੁੜੀ ਆ ਇਕੱਲੀ? ਕੁੜੀ ਆ ਰਹੀ ਆ ਬਾਈ। ਉਹ ਕੁੜੀ ਤਾਂ ਆਊਗੀ, ਅਤੇ ਨਾ ਤਾਂ ਉਹਦੀ ਮਾਂ ਹੈ, ਹੈ ਨਹੀਂ, ਨਾ ਉਹਦੇ ਬਾਪ ਹੈ, ਠੀਕ ਹੈ। ਕੁੜੀ ਆ ਇਕੱਲਾ ਭਾਈ ਆਊਗਾ, ਇਹਨੂੰ ਸਮਝਾਉਣੀ ਨਾਲੇ ਥੋੜ੍ਹੇ ਬੁੜੇ ਜਿਹੇ। ਮਾਸੀ ਹੋਊਗੀ ਬਾਬੀ, ਕਾਹਨੂੰ ਤੂੰ ਬਾਪੂ ਹੈਗੇ ਚਾਚੀ ਤਾਈ ਕੋਈ? ਹਾਂ ਕਹਿੰਦੇ ਬਾਈ ਹੈਗੀ ਆ ਯਾਰ। ਤੇਰੀ ਕੀ ਏਜ ਹੈ? ਆਹੀ ਬਸ 25 ਕੁ ਸਾਲ ਹੋਣੀ। 25 ਦਾ ਤਾਂ ਬਾਪੂ ਮੈਂ 70 ਦੇ 8 ਹੋਊ ਜੇ ਨਹੀਂ ਤਾਈ ਵੀ। ਚੱਲ ਕੋਈ ਨਾ, ਤੇਰਾ ਵੀ ਕਰ ਦਾਂਗੇ ਆਪਾਂ। ਪਰਤੇ ਕੋ ਖੁੱਲੀ ਜਾਂਦਾ ਤੂੰ ਚੱਕ, ਸੁਣ ਕੇ ਮੈਨੂੰ ਤੇਰਾ ਵੀ ਕਰਾ ਦਾਂਗੇ ਆਪਾਂ ਕੋਈ। ਠੀਕ ਹੈ ਚਲੋ ਚੰਗਾ, ਮੈਂ ਹੁਣ ਚੱਲਦਾ। ਉਹ ਮੇਰੀ ਗੱਲ ਸੁਣ, ਗੱਲ ਤਾਂ ਪੱਕੀ ਹੈ, ਰਿਸ਼ਤਾ ਹੋ ਜੂ। ਲਾਰਾ ਜਿਹਾ ਲਾ ਕੇ ਜਾ ਰਿਹਾ। ਉਹ ਬਾਬੇ ਲੱਗਦਾ ਤੈਨੂੰ ਪਤਾ ਨਹੀਂ, ਦਲਜੀਤ ਵਾਲਾ ਕੋਕੋ ਕੋਲਾ ਅਤੇ ਤੋਤੀ ਜ਼ਖਮੀ ਬਚਾਉਂਦਾ ਕੋਈ ਆਮ ਸ਼ੈ ਨਹੀਂ ਹੈਗੇ। ਤੂੰ ਟੈਨਸ਼ਨ ਨਾ ਲੈ, 15 ਦਿਨਾਂ ਦੇ ਵਿੱਚ ਵਿੱਚ ਤੇਰਾ ਮੁੰਡਾ ਨਾ ਕੰਗਣਾ ਖੇਡੂ ਪ੍ਰਾਂਤ 'ਚ। ਮੇਰੀ ਗੱਲ ਸੁਣ, ਜਿਹੜੀ ਆਪਣੀ ਪ੍ਰੋਪਰਟੀ ਵਾਲਾ ਤੁਹਾਡਾ ਐਟਲਸ ਸਾਈਕਲ ਨਹੀਂ ਹੈਗਾ? ਹਾਂਜੀ। ਕੱਢ ਕੇ ਲੈ ਮੈਨੂੰ ਅੱਡੇ ਤੱਕ ਛੱਡ ਕੇ ਆ। ਖੜਿਆ ਜੀ ਬਾਪੂ, ਮੈਂ ਛੱਡਿਆ ਛੱਡਿਆ। ਚੱਲ ਚੰਗਾ ਬਾਪੂ। ਜਿਹੜੀ ਚਾਚੀ ਜਿਹੜੀ ਗੱਲ ਜੀ ਸੀ, ਉਹ ਤੈਨੂੰ ਨਹੀਂ ਦੱਸਾਂ ਪਹਿਲਾਂ? ਇਹਨੂੰ ਤਾਂ ਦੇਵਾਲ ਆ ਡੋਲਾ। ਚੱਲ ਚੱਲ, ਕੁਛ ਨਹੀਂ ਪੁੱਤ, ਕੁਛ ਨਹੀਂ ਛੱਡਿਆ ਤੂੰ ਇਹਨੂੰ ਅੱਡੇ 'ਤੇ ਛੱਡਿਆ। ਬਾਈ ਜਾ, ਬਾਈ ਮਿਲ ਜੂ ਜਾਂ ਢਾਈ ਵਾਰ? ਹਾਂ ਹਾਂ ਮਿਲ ਜੂ, ਦੂਰ ਦਾਰ ਕਰਕੇ ਵੇਖੀ। ਹਾਂ ਦੂਰ ਹੀ ਮਿਲ ਜੂ। ਮਰਨੇ ਕਹਿੰਦੇ ਵਿੱਚ ਉਪਰਾ ਹੋ ਜਾ, ਕਿਉਂ ਵਿੱਚ ਰੇਤਾ ਪਾਈ ਜਾਂਦਾ ਹੈ? ਹੋ ਜਾਣਾ ਬਾਪੂ, ਬੱਪੂਆਂ ਨੂੰ ਬੁਲਾਵਾਂਗੇ ਵਿਆਹ ਤੇ। ਉਹ ਵਿਚੋਲੇ ਨੂੰ ਤਾਂ ਆ ਜਾਣ ਦੇ ਪੱਲਾ ਵਿਆਹ ਲੈ ਕੇ, ਵੱਡਾ ਆ ਭੂਆ ਨੂੰ ਬੁਲਾਉਣ ਵਾਲਾ। ਉਹ ਤਾਂ ਊਂ ਪੁੱਛਿਆ ਬਾਪੂ, ਤੂੰ ਤਪਦਾ ਜਾ ਵਾਲਾ ਯਾਰ। ਮੈਂ ਤਾਂ ਹੀ ਤਪੂ, ਹੁਣ ਤਾਂ ਨੂੰਹ ਵਾਲਾ ਹੋਣ ਵਾਲਾ, ਤੂੰ ਹੁਣ ਤਾਂ ਨਾ ਉਹ ਕਰਿਆ ਕਰ, ਥੋੜ੍ਹਾ ਮੋਟਾ ਹੱਸ ਖੇਡ ਲਿਆ ਕਰ, ਉਹੀ ਕੰਮ ਕਰਿਆ ਕਰੂਗੀ। ਆ ਬਾਹਰ ਦੇਖ ਕੌਣ ਆਇਆ? ਦੇਖ ਲਾ ਭਾਈ, ਅਮਰ ਦਾ ਘਰ ਬਾਹਰ ਬਾਪੂ। ਹਾਂ ਵਿਚੋਲਾ ਗਿਆ ਉਹ। ਹੋਰ ਬੱਲਾ ਠੀਕ ਠਾਕ? ਹਾਂਜੀ ਹਾਂਜੀ ਵਧੀਆ, ਵਧੀਆ ਵਧੀਆ। ਕੋਈ ਤਕਲੀਫ ਤਾਂ ਨਹੀਂ ਆਉਂਦੀ? ਨਹੀਂ ਜੀ ਬਿਲਕੁਲ ਨਹੀਂ। ਹਾਂ ਵਧੀਆ। ਆ ਦੇਖ ਲੈ ਮੁੰਡਾ ਭਾਈ, ਹੁਣ ਤੇਰੇ ਸਾਹਮਣੇ ਤੁਰ ਕੇ ਆ, ਕੋਈ ਲੰਗ ਲੁੰਗ ਨਹੀਂ ਆਉਂਦਾ, ਠੀਕ ਹੈ? ਹਾਂਜੀ ਹਾਂ, ਨਾ ਨਾ ਕੋਈ ਨਾ, ਇੱਕ ਵਾਰ ਦੇਖ ਲੈਣੀ। ਆ ਬੈਠਾ ਪੁੱਤ ਮੁੰਡਾ, ਤੈਨੂੰ ਦਿਖਾ ਦਿੱਤੀ। ਹਾਂਜੀ ਹਾਂਜੀ, ਬਸ ਤੂੰ ਸਾਕਸ਼ਾਤ ਮੁੰਡੇ ਦੇ ਦਰਸ਼ਨ ਕਰ ਲੈ, ਅੱਖ ਉੱਖ ਵੀ ਦੇਖ ਲੈ ਭਾਈ। ਦੇਖ ਲੈ ਭਾਈ, ਚੈੱਕ ਕਰ ਲੈ ਇੱਕ ਵਾਰ, ਤਸੱਲੀ ਕਰ ਲੈ, ਚੈੱਕ ਤਸੱਲੀ ਕਰ ਲੈ ਇੱਕ ਵਾਰ। ਪੁੱਛਣਾ ਪੁੱਤ ਕਜੇ ਪੁੱਛਣਾ ਯਾਰ, ਕਿ ਲਾਂਬੇ ਵਾਲੀ ਗੱਲ ਹੋ ਜਾਂਦੀ। ਹਾਂ ਨਾ ਸਿਆਣੀ ਗੱਲ ਪੁੱਤ ਤੇਰੀ। ਹਾਂ ਹਾਂ, ਸਿਆਣਾ ਬੰਦਾ ਸਿਆਣੀ ਗੱਲ ਕਰਦਾ ਪੁੱਤ। ਇਹ ਪੜ੍ਹੇ ਕਿੰਨਾ ਕੋਈ ਨਹੀਂ,
ਇਹ ਖਾਸਾ ਪੜਿਆ ਹੋਇਆ ਭਾਈ, ਖਾਸਾ ਪੜਿਆ ਹੋਇਆ। ਤੂੰ ਐ ਲਾ ਲੈ ਘਰ ਦਾ ਸਾਰਾ ਹਿਸਾਬ ਕਿਤਾਬ, ਹੈਂ ਮੁਰਗੀ ਫਾਰਮ ਦਾ, ਬਾਕੀ ਖੇਤੀਬਾੜੀ ਦਾ ਸਾਰਾ ਇਹੀ ਕਰਦਾ। ਮੁਰਗੀ ਫਾਰਮ ਦਾ ਤਾਂ ਬਾਹਲਾ ਵਧੀਆ ਹਿਸਾਬ ਕਿਤਾਬ ਕਰਦਾ, ਕਿੰਨੇ ਚੂਚੇ ਮਰੇ ਨੇ, ਕਿੰਨੇ ਚੂਚੇ ਨਵੇਂ ਪਾਏ ਨੇ, ਸਾਰੀ ਲਿਖਤ ਪੜ੍ਹਦਾ ਮੁੰਡਾ ਕਰਦਾ। ਠੀਕ ਹੈ ਜੀ, ਹਾਂ ਆਪਾਂ ਨੂੰ ਵੀ ਬੰਦਾ ਕੰਮ ਵਾਲਾ ਹੀ ਚਾਹੀਦਾ। ਹਾਂ ਨਾ ਕੰਮ ਵਾਲੀ ਆ ਬਾਈ, ਮੈਂ ਹੀ ਕੰਮ ਆ ਪੁੱਤ, ਨਾ ਸਾਰੇ ਕੰਮ ਇਹ ਕਰਦਾ ਪੁੱਤ। ਇੱਕ ਜੀ ਫਾਰਮ ਦੀ ਗੱਲ ਹੋ ਰਹੀ ਸੀ ਆਪਣੀ, ਫਾਰਮ ਦੱਸਿਆ ਸੀ ਤੁਸੀਂ, ਫਾਰਮ ਇਹਨਾਂ ਦੀ ਹੈ? ਹਾਂ ਜੀ ਸਾਡੀ ਹੈ ਜੀ, ਇਹਨਾਂ ਦੇ ਨਵੀਂ ਬੋਲਦੇ ਆ ਰਜਿਸਟਰੀ, ਮੈਂ ਦੇਖਿਆ, ਹਾਂ ਚੈੱਕ ਕਰੀਆ ਮੈਂ ਰਜਿਸਟਰੀ, ਇਹਨਾਂ ਦੇ ਨਵੀਂ ਬੋਲਦੀ ਹੈ। ਗੱਡੀ ਵੀ ਆਪਣੀ ਹੈ ਜੀ? ਹਾਂ ਗੱਡੀ ਵੀ ਇਹਨਾਂ ਦੀ ਹੈ, ਗੱਡੀ ਵੀ ਆਪਣੀ ਹੈ ਜੀ। ਸੰਦ ਫੇਟ ਭਾਈ ਇਹਨਾਂ ਦੇ ਸਾਰੇ ਨੇ, ਹੋਰ ਸਾਰੇ ਸੰਦ ਫੇਟ ਨੇ ਇਹਨਾਂ। ਹਾਂ ਤੇ ਪੁੱਤ ਰਿਸ਼ਤਾ ਪੱਕਾ ਸਮਝੀ ਹੋਣਾ। ਦੇਖੋ ਜੀ ਬਚੋਲਾ ਸਾਹਿਬ ਨੇ ਮੈਨੂੰ ਫੋਟੋ ਤਾਂ ਦਿਖਾਤੀ ਸੀ, ਮੁੰਡਾ ਸਾਨੂੰ ਠੀਕ ਲੱਗਿਆ, ਬਸ ਐਂ ਵੀ ਮੇਰੀ ਇਕੱਲੀ ਇਕੱਲੀ ਭੈਣ ਹੈ ਅਤੇ ਨਾ ਮਾਂ ਸਾਡੀ ਨਾ ਸਾਡਾ ਪਿਓ ਆ, ਹੁਣ ਜੋ ਕੁਛ ਵੀ ਆ ਉਹਦਾ ਮੈਂ ਹੀ ਆ, ਇਸ ਲਈ ਸਾਨੂੰ ਫਿਕਰ ਹੈ ਵੀ ਤੁਹਾਡਾ ਮੁੰਡਾ ਕੋਈ ਗਲਤ ਨਸ਼ਾ ਪੱਤਾ ਜਾਂ ਹੋਰ। ਲੈ ਜਮਾ ਨੀ ਪੁੱਤ, ਨਸ਼ੇ ਵਾਲਾ ਤਾਂ ਕੋਲ ਦੀ ਨੀ ਲੰਘਦਾ, ਇੱਕ ਇਹੋ ਜਿਹੀਆਂ ਗੱਲਾਂ ਕਰੀ ਜਾਂਦਾ ਪੁੱਤ, ਤੂੰ ਤਾਂ ਨਸ਼ਾ ਨੀ ਬਚੋਲਿਆ। ਨਾ ਨਾ ਨਸ਼ਾ ਕੋਈ ਨੀ ਕਰਦਾ, ਨਾ ਹੋਰ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਜੋ ਵੀ ਤਰੀਕ ਠੀਕ ਲੱਗਦੀ ਹੈ ਜੀ ਉਹ ਰੱਖ ਲੈਂਦੇ ਆਪਾਂ ਦੇਖ ਕੇ, ਹਨਾ ਜੀ। ਠੀਕ ਹੈ ਪੁੱਤ, ਠੀਕ ਹੈ, ਨਾ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਚੰਗਾ ਜੀ ਫਿਰ ਦਿਓ ਸਾਨੂੰ, ਚੰਗਾ ਪੁੱਤ ਚੰਗਾ ਜਗ੍ਹਾ, ਚਾਹ ਪਾਣੀ ਵੀ ਨੀ ਲਿਆ ਪੁੱਤ ਹੈ। ਨਾ ਨਾ ਬਾਬਾ ਜੀ ਫਿਰ ਭਿੱਖੀ ਜਾਣਾ ਜੀ, ਇੱਕ ਹੋਰ ਮੁੰਡਾ ਦੀ ਦੱਸ ਪਾਈ ਆਪਾਂ। ਚੰਗਾ ਪੁੱਤ ਚੰਗਾ, ਠੀਕ ਹੈ ਠੀਕ ਹੈ ਠੀਕ ਹੈ, ਕੋਈ ਗੱਲ ਨੀ ਬਾਈ, ਘਰੇ ਦਾ ਵਗ ਜਾਂਦੇ ਉਹ ਕਰ ਦਾਂਗੇ, ਤੂੰ ਬਾਈ ਪੁੱਤ ਗੁੱਸਾ ਨਾ ਕਰੇ, ਤਾਂ ਹੀ ਆ ਪੁੱਤ, ਚੰਗਾ ਪੁੱਤ ਚੰਗਾ, ਚੰਗਾ ਪੁੱਤ ਚੰਗਾ। ਆਹ ਜਖਮੀ ਪੁੱਤ ਉਰੇ ਆ, ਮਾੜਾ ਜਿਹਾ ਗੱਲ ਸੁਣੀ। ਹਾਂ ਤੂੰ ਚੱਲ ਚੱਲ ਆਇਆ, ਆ ਮਾਰ ਕੇ ਜੀ। ਗੱਲ ਤਾਂ ਪੱਕੀ ਹੈ, ਹੈ ਬਾਪੂ ਕਿਉਂ ਘਾਬਰਦਾ, ਪੱਕੀ ਗੱਲ ਹੈ, ਤੈਨੂੰ ਪਤਾ ਤਾਂ ਹੈ ਦਲਜੀਤ ਵਾਲਾ ਕੋਕਾ ਕੋਲਾ ਤੇ ਤੋਤਾ ਜਖਮੀ ਬਚੋਲਾ ਕੋਈ ਆਮ ਸ਼ਹਿ ਨਹੀਂ ਹੈਗੇ। ਫਿਰ ਠੀਕ ਆ ਪੁੱਤ, ਹੁਣ ਮੇਰੀ ਤਸੱਲੀ ਆ, ਚੱਲ ਮੈਂ ਵੀ ਜਾ ਕੇ ਦੇਖ ਲੈਂਦਾ ਵੀ ਕੋਈ ਤਾਰਾ ਤੂਰਾ ਤਾਂ ਨਹੀਂ ਲੱਗਿਆ ਹੋਇਆ। ਉਹ ਤਾਰਾ ਛੱਡ, ਅੱਜ ਇੱਡੀ ਤੇਰੀ ਅੱਗ ਮੁੰਡੇ ਨੂੰ ਲੱਗੀ ਹੋਈ ਆ ਨਾ, ਮੈਨੂੰ ਤਾਂ ਇਹਦਾ ਡਰ ਹੈ ਨਾ, ਕੋਈ ਚੰਦ ਚਾੜ ਦੇ, ਚੰਗਾ ਨਾਲੇ ਕਰੋ ਤਿਆਰੀ ਹੁਣ ਵਿਆਹ ਦੀਆਂ। ਚੰਗਾ ਭਾਈ, ਓਏ ਆ ਅਜਾ ਮੇਰੇ ਸਿਰ ਦੇ ਕੰਨ ਤੇ ਮਾਰੂ, ਚੱਲ ਪ੍ਰੈਸਲਾ ਝਾੜੂ ਲੈ ਲਾ, ਮੈਂ ਭਾਂਡੇ ਮਾਂਦਾ ਸਾਰਾ ਕੁਛ ਵਿੱਚ ਰਹਿ ਗਿਆ। ਉਹ ਤੂੰ ਫੇਰ ਲਿਆਈ ਪਹਿਲਾਂ ਝਾੜੂ ਲੈ ਲਾ ਬਣਿਆ ਕੱਪੜਿਆਂ ਦਾ, ਮੜੀ ਲਾ ਦੇ ਫੇਰ ਕਰ ਲਈ ਕਬੀਲਦਾਰੀ ਵਾਲੀਆਂ ਗੱਲਾਂ, ਪਾਲਾ ਖਰਚਾ ਭਾਈ, ਲੈ ਭਾਈ ਲੈ ਉਹ ਦੇਖ ਲਾ 500 ਪਾਤਾ, ਠੀਕ ਆ ਖੁਸ਼ ਹੈ, ਫੋਟੋ ਖਿਚਾ, ਫੋਟੋ ਹਾਂ ਫੋਟੋ ਕਰਦ, ਆਓ ਮੇਰਾ ਪੁੱਤ ਗੱਲ ਖਿੱਚਦੀ ਓਏ, ਚੰਗਾ ਭਾਈ ਮੈਂ ਗੱਲਬਾਤ ਨਹੀਂ ਕਰਦਾ ਆਪਾਂ, ਮਾੜਾ ਸਾਰੇ ਚੱਲ ਮੇਰੇ, ਮੈਂ ਜਖਮੀ ਹੈ ਆਇਆ। ਮਨਮੋਹਨ ਸਿੰਘ ਬਣਿਆ ਫਿਰਦਾ ਤੈਨੂੰ ਮੈਂ ਦੱਸਦਾ, ਉਹ ਮੈਂ ਕਰਾਇਆ ਦੀ ਲੰਚ ਲੰਚ ਪਵਾਦਾ, ਚਲੀਆਂ ਕਾਲੀਆਂ ਇਨਕਾਂ ਹੋ ਗਈਆਂ ਯਾਰ ਵਿਆਹ ਦੇ ਚੱਕਰ ਵਿੱਚ, ਮੈਂ ਤਾਂ ਕਾਲੇ ਵਾਲੀਏ ਲਾ ਲਿਆ ਕੀ ਪਤਾ ਲੱਗਦਾ, ਮੈਨੂੰ ਤੂੰ ਦਿਖ ਨੀ ਰਿਹਾ ਹੋਣਾ, ਨਾ ਮੂੰਹ ਮਾੜੀ ਨੀ ਦਾ ਮੈਨੂੰ ਤੇਰਾ, ਗੱਲ ਭਤੀਜੇ ਇੱਕ ਗੱਲ ਦੱਸ ਮੈਨੂੰ, ਆਪਾਂ ਨੇ ਗੱਪ ਜਿਹਾ ਮਾਰ ਕੇ ਰਿਸ਼ਤਾ ਦਾ ਕਰਤਾ,
ਤੈਨੂੰ ਕੀ ਲੱਗਦਾ ਗਾਹ ਨਿਭਜੂ ਇਹਨਾਂ ਦੀ ਗੱਪ? ਉਹ ਆਹੀ ਆਪਣਾ ਮੁਰਗੀ ਫਾਰਮ ਵਾਲਾ ਗੱਡੀ ਵਾਲਾ ਜਾਇਦਾਦ ਵਾਲਾ ਉਹ ਆਪਣੇ ਪੱਲੇ ਦਾ ਕੱਖ ਨਹੀਂ ਹੈਗਾ ਹੈ। ਉਹ ਇੱਕ ਗੱਲ ਹੈ ਬਚੋਲਿਆ, ਸਿਰੇ ਦਾ ਬੰਦਾ ਤੂੰ ਦੇਖ ਲੈ, ਤੂੰ ਗੱਲ ਬਣਾਤੀ। ਹੁਣ ਤੂੰ ਮੈਨੂੰ ਐਂ ਦੱਸ ਆਹ ਮੇਲੇ ਵਾਲਾ ਕੰਡਾ ਜਿਹਾ ਕਦੋਂ ਕੱਢੇਗਾ? ਬੜੀ ਮਾੜੀ ਬਣੀ ਵਿਚੋਲੇ ਤੇਰੇ ਨਾਲ ਦਾ, ਤੂੰ ਤਾਂ ਨੀ ਹੁਣ ਕਿਸੇ ਨਾਲ ਐਵੇਂ ਕਰਦਾ, ਹੁਣ ਤਾਂ ਨੀ ਤੂੰ ਗੱਪ ਮਾਰ ਕੇ ਰਿਸ਼ਤਾ ਕਰਾਉਂਦਾ। ਮੇਰੀ ਬਸ ਆ ਗਈ, ਮੈਂ ਤਾਂ ਚੱਲਦਾ, ਤੂੰ ਬੈਠ ਉਰੇ। ਮਰ ਗਿਆ ਹੋਵੇ ਸਿਰ ਫਟਿਆ ਜਾਣਾ ਹੈ। ਆਈ ਤਾਂ ਗਿਆ ਭੈਣ ਦਾ ਯਾਰ, ਹੁਣ ਹੈਲੋ ਵਧੀਆ ਬਈ, ਅੱਜ ਤਾਂ ਜਖਮੀ ਹੋਇਆ ਪਿਆ ਹੈ। ਖੈਰਾ ਤੂੰ ਦੱਸ। ਅੱਛਾ ਤਾਜ਼ਾ ਹੈਗਾ, ਇੱਕ ਰਿਸ਼ਤਾ ਹੈਗਾ, ਹਮ ਚਿੜੀ ਤੋਂ ਹੈ, ਉਹਨਾਂ ਦਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੁਣੀ ਤਾਜ਼ਾ ਜੀ ਹੋਇਆ ਤਲਾਕ। ਹਾਂ 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 ਕੀ ਪਤਾ ਸਾਂਪ ਦੀ ਮੁੱਲ ਮੁੜਿਆ ਵੇ ਕਿੱਥੇ ਨਾ ਤੇ। ਹੈਲੋ ਕਾਲਾ ਪ੍ਰਾਹੁਣਾ ਬੋਲਦਾ ਹੈ? ਅੱਛਾ ਕਿੱਥੇ ਹੋ ਤੁਸੀਂ? ਅੱਛਾ ਅੱਛਾ ਯਾਰ, ਮੈਂ ਤਾਂ ਗੱਲ ਜੀ ਕਰਨੀ ਸੀ ਤੇਰੇ ਨਾਲ ਇੱਕ। ਦੇਖ ਬਾਈ, ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਵੀ ਸੱਡ ਸੜਈਆ ਜਾ ਹੋ ਗਿਆ, ਇੱਕ ਸੱਡ ਸੜਈਏ ਵਾਲੀ ਹੋਰ ਕੁੜੀ ਜੀ ਦਾ ਤੈਨੂੰ ਰਿਸ਼ਤਾ ਆਇਆ ਬਾਈ, ਤੋਰਾ ਗੱਲ ਯਾਰ ਕਹਾਂ। ਅੱਛਾ ਬਸ ਚੰਗਾ ਬਾਈ, ਮੇਰੀ ਬਸ ਆ ਗਈ।